स्टेट एक्ट है जी, जे तुम हिसाब सुनते हो तो स्टेट एक्ट है सारे, तुम वकील हो। हैरानी है मैंने, अब सवेर के लगे पे ने केंद्रीय एक्ट है ना, ना केंद्र फैसला लवे नाले तक कहते आनंदपुर साहब के मते सारे फैसले कहते पंजाब लवे, मैनू कहते रहते ने फैसले सारे दिल्ली तो आते हैं, हूँ कहते ये दिल्ली फैसला लवे इतने ना करो, जिदे तो इन्हों फायदा होंदा होवे उदे दिल्ली फैसला कर ले, जिदे इन्हों कोई नुकसान होंदा होवे उदे भगवंत मान माड़ा हो गया। तो उहदे वास्ते असी वकील बुलाए, बड़े बड़े वकीलों नाल सलाह मशवरे किए। तो मैं तुहानू दसना चाहुंदा कि सुप्रीम कोर्ट का एक ऑर्डर है, सुप्रीम कोर्ट का ऑर्डर असीं तुहानू इह दे दांगे। जदों हरियाणे च गुरद्वारा प्रबंधक कमेटी बन रही सी, ਤਾਂ ਪੰਜਾਬ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਗਈ ਅਤੇ ਉਹਨਾਂ ਨੇ ਕਿਹਾ ਜੀ ਇਹ ਤਾਂ ਇੰਟਰਸਟੇਟ ਐਕਟ ਹੈ, ਇਹ ਸਟੇਟ ਕਿਵੇਂ ਬਣਾ ਸਕਦੀ, ਅਸੀਂ ਬਣਾ ਸਕਦੇ ਹਾਂ। ਸੁਪਰੀਮ ਕੋਰਟ ਨੇ ਕਲੀਅਰ ਕਰਤਾ ਇਟ ਇਜ਼ ਨੋਟ ਏ ਇੰਟਰਸਟੇਟ ਐਕਟ, ਇਟ ਇਜ਼ ਏ ਸਟੇਟ ਐਕਟ। ਹਰਿਆਣਾ ਆਪਣੀ ਬਣਾ ਸਕਦਾ, ਦਿੱਲੀ ਦੀ ਆਪਣੀ ਹੈਗੀ ਹੈ ਪਹਿਲਾਂ ਹੀ, ਪੰਜਾਬ ਆਪਣੀ ਬਣਾ, ਸਟੇਟ ਐਕਟ ਹੈ ਜੀ। ਜੇ ਤੁਹਾਨੂੰ ਸਭ ਸੁਣਦੇ ਹੋਣ ਤਾਂ ਸਟੇਟ ਐਕਟ ਹੈ ਸਾਰੇ, ਤੁਸੀਂ ਵਕੀਲ ਹੋ। ਮੈਂ ਹੈਰਾਨੀ ਹੈ ਮੈਨੂੰ, ਅੱਜ ਸਵੇਰ ਦੇ ਲੱਗੇ ਪਏ ਨੇ ਕੇਂਦਰੀ ਐਕਟ ਹੈ ਨਾ, ਉਹਨਾਂ ਨੇ ਕੇਂਦਰ ਫੈਸਲਾ ਲਵੇ, ਨਾਲੇ ਤਾਂ ਕਹਿੰਦੇ ਆਨੰਦਪੁਰ ਸਾਹਿਬ ਦੇ ਮਤੇ 'ਚ ਸਾਰੇ ਫੈਸਲੇ ਕਹਿੰਦੇ ਪੰਜਾਬ ਲਵੇ, ਮੈਨੂੰ ਕਹਿੰਦੇ ਰਹਿੰਦੇ ਨੇ ਫੈਸਲੇ ਸਾਰੇ ਦਿੱਲੀ ਤੋਂ ਆਉਂਦੇ ਨੇ, ਹੁਣ ਕਹਿੰਦੇ ਨੇ ਇਹ ਦਿੱਲੀ ਫੈਸਲਾ ਲਵੇ ਇੱਥੇ ਨਾ ਕਰੋ, ਜਿੱਦੇ ਤਾਂ ਇਹਨਾਂ ਨੂੰ ਫਾਇਦਾ ਹੁੰਦਾ ਹੋਵੇ ਉਹਦੇ ਦਿੱਲੀ ਫੈਸਲਾ ਕਰ ਲਏ, ਜਿੱਦੇ ਇਹਨਾਂ ਨੂੰ ਕੋਈ ਨੁਕਸਾਨ ਹੁੰਦਾ ਹੋਵੇ ਉਹਦੇ ਭਗਵੰਤ ਮਾਨ ਮਾੜਾ ਹੋ ਗਿਆ। ਸੋ ਉਸ ਐਕਟ ਦੇ ਮੁਤਾਬਕ ਅਸੀਂ ਕਲੀਅਰ ਲਿਖਿਆ, ਮੈਂ ਪੜ੍ਹ ਕੇ ਸੁਣਾ ਦਿੰਦਾ, ਤੁਹਾਨੂੰ ਦੇ ਦਾਂਗੇ, ਪੰਜਾਬੀ ਕਰਕੇ ਦੱਸ ਦਿੰਦੇ ਇਹਨਾਂ ਨੂੰ, ਕਿਉਂਕਿ ਕਈ ਵਾਰੀ ਚਲੋ ਕੋਈ ਗੱਲ ਨਹੀਂ। ਇਹ 'ਚ ਕੀ ਕਹਿ ਕਿਹਾ, 2014 ਹਰਿਆਣਾ ਸਿੱਖ ਗੁਰਦੁਆਰਾ ਐਕਟ ਦੇ ਅਗੇਂਸਟ ਗਏ ਸੀ 2014 'ਚ 20 ਸਤੰਬਰ ਨੂੰ, SGPC ਦੀ ਫਾਈਲ ਸੁਪਰੀਮ ਕੋਰਟ ਨੇ ਡਿਸਮਿਸ ਕਰਤੀ ਸੀ ਕਿ 1925 ਦਾ ਐਕਟ ਜਿਹੜਾ ਉਹ ਇੰਟਰਸਟੇਟ ਨਹੀਂ ਹੈਗਾ, ਅਤੇ ਉਹਦੇ 'ਚ ਪਾਰਲੀਮੈਂਟ ਵੀ ਨਹੀਂ ਆ ਸਕਦੀ, ਇਹ ਕੱਲ੍ਹ ਦੇ ਲੱਗੇ, ਸੰਸਦ ਕਰ ਸਕਦੀ ਹੈ, ਸੰਸਦ ਕਿੱਥੋਂ ਕਰ ਸਕਦੀ। ਸੋ ਇਸ ਕਰਕੇ ਇਹਦੇ ਵਿੱਚ ਐਂਟਰੀ 28 ਅਤੇ ਐਂਟਰੀ 32 ਦੇ ਅਧੀਨ ਸਟੇਟ ਜਿਹੜਾ ਉਹ ਪਾਵਰ ਰੱਖਦਾ ਕਿ ਉਹ ਕੋਈ ਵੀ ਸੋਧ ਕਰ ਸਕਦਾ। ਮੈਂ ਸੋਧ ਵੀ ਨਹੀਂ ਕਰ ਰਿਹਾ, ਪਹਿਲੀ ਗੱਲ ਮੈਂ ਅੱਜ ਧਿਆਨ ਨਾਲ ਸੁਣ ਲਿਓ ਗੱਲ, ਨਾ ਤਾਂ ਮੈਂ ਕੋਈ ਸੋਧ ਕਰ ਰਿਹਾ ਉਹ 'ਚ, ਨਾ ਹੀ ਮੈਂ ਉਹਦੇ ਅਧਿਕਾਰ ਪ੍ਰਸਾਰਨ ਦੇ ਕਿਸੇ ਗੌਰਮੈਂਟ ਦੇ ਅਦਾਰੇ ਨੂੰ ਦਵਾ ਰਿਹਾ, ਨਾ ਹੀ ਮੇਰਾ ਕੋਈ ਆਪਣੀ ਭੂਆ ਦਾ ਮੁੰਡਾ ਹੈ, ਨਾ ਹੀ ਮੇਰੇ ਕਿਸੇ ਰਿਸ਼ਤੇਦਾਰ ਦਾ ਚੈਨਲ ਹੈ ਵੀ ਇਹਨੂੰ ਦੇ ਦਿਓ। ਮੈਂ ਤਾਂ ਗੁਰਬਾਣੀ ਦੇ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਾਰਾ ਅਸਮਾਨ ਖੋਲ੍ਹਣ ਦਾ ਹੱਕਦਾਰ ਹਾਂ। ਮੈਂ ਗੁਹਾਟੀ ਜਾਵਾਂ, ਤੁਸੀਂ ਹੈਦਰਾਬਾਦ ਜਾਓ, ਕਿਤੇ ਅਹਿਮਦਾਬਾਦ ਜਾਓ, ਉੱਥੇ ਹੋਟਲ 'ਚ ਰਹੋ, ਹੋਟਲ ਦੇ ਵਿੱਚ PTC ਨਹੀਂ ਚੱਲਦਾ, ਇਹਦਾ ਮਤਲਬ ਤੁਸੀਂ ਗੁਰਬਾਣੀ ਤੋਂ ਵੰਚਿਤ ਰਹਿ ਗਏ। ਨਾਲੇ PTC ਨੂੰ ਕੀ ਪ੍ਰੋਬਲਮ ਹੈ, ਉਹਨਾਂ ਨੂੰ ਤਾਂ ਫਾਇਦਾ ਹੀ ਹੈ, ਜਿਹੜੀ ਚੀਜ਼ ਪਹਿਲਾਂ ਟੈਂਡਰ ਪਾ ਕੇ ਜਾਂ ਪੈਸੇ ਲੈ ਕੇ ਖਰੀਦਦੇ ਸੀ ਰਾਈਟਸ, ਫ੍ਰੀ ਮਿਲਣਗੇ ਉਹ, PTC ਵੀ ਕਰੇ ਨਾ, ਅਸੀਂ ਕਿਹੜੇ 'ਚ ਬੈਨ ਕਰਤਾ ਵੀ PTC ਨਹੀਂ ਦਿਖਾ ਸਕਦਾ, ਦਿਖਾਵੇ PTC ਵੀ, ਪਰ ਸਾਰੇ ਦਿਖਾਉਣ ਬਰਾਬਰ ਨਾਲ,